ਅੰਦਰ ਦੇ ਵਿੱਚ ਦੋ ਮਹੱਤਵਪੂਰਨ ਉਪਲਕਸ਼ ਨੇ, ਇੱਕ ਗੋਵਰਧਨ ਜੀ ਦੀ ਪੂਜਾ ਹੈ, ਦੂਸਰਾ ਅੰਨਕੂਟ ਹੈ। ਦੁਰਗਿਆਨਾ ਕਮੇਟੀ ਗੋਵਰਧਨ ਜੀ ਦੀ ਪੂਜਾ ਹਰ ਸਾਲ ਵਿਧੀ ਨਾਲ ਕਰਦੀ ਹੈ ਔਰ ਇਸ ਪੂਜਾ ਦੇ ਉੱਤੇ ਕਰੀਬ ਜਿਹੜਾ 2 ਤੋਂ 3 ਘੰਟੇ ਲੱਗਦੇ ਨੇ। ਆਮ ਜਨਤਾ ਨੂੰ ਸ਼ਾਇਦ ਪਤਾ ਹੋਵੇ ਕਿ ਨਾ, ਜਿਹੜੀ ਗੋਵਰਧਨ ਜੀ ਦੀ ਮੂਰਤੀ ਬਣਦੀ ਹੈ ਉਹ ਗਊ ਦੇ ਗੋਬਰ ਨਾਲ ਬਣਦੀ ਹੈ ਔਰ ਉਹਦੀ ਪੂਜਾ ਵਿਧੀਵਤ ਕੀਤੀ ਜਾਂਦੀ ਹੈ ਔਰ ਇਹ ਸਾਰੀ ਕਮੇਟੀ ਨੇ ਰਲ ਕੇ ਵਿਧੀਵਤ ਪੂਜਾ ਗੋਵਰਧਨ ਜੀ ਦੀ ਕੀਤੀ ਹੈ ਔਰ ਸ਼ਾਮ ਨੂੰ ਜਿਹੜਾ ਅੰਨਕੂਟ ਹੈ ਉਹਦੇ ਦਰਸ਼ਨ 6 ਵਜੇ ਖੁੱਲ੍ਹਣਗੇ। ਇਹ ਦੋਵੇਂ ਉਪਲਕਸ਼ ਜਿਹੜੇ ਨੇ ਮਹੱਤਵਪੂਰਨ ਨੇ ਔਰ ਉਹ ਅਸੀਂ ਵਿਧੀਵਤ ਤੌਰ 'ਤੇ ਕਰ ਰਹੇ ਹਾਂ। ਗੋਵਰਧਨ ਪੂਜਾ ਜਿਹੜੀ ਹੈ ਪਰਟੀਕੁਲਰ ਕਿਸੇ ਬੰਦੇ ਦੀ ਸੁੱਖ ਸੁਵਿਧਾ ਜਾਂ ਸਮਰਿੱਧੀ ਵਾਸਤੇ ਨਹੀਂ, ਸਾਰੇ ਅੰਮ੍ਰਿਤਸਰ ਵਾਸੀਆਂ ਦੀ ਸੁੱਖ ਸੁਵਿਧਾ ਅਤੇ ਸਮਰਿੱਧੀ ਵਾਸਤੇ ਕੀਤੀ ਜਾਂਦੀ ਹੈ। ਇਹ ਪਰਟੀਕੁਲਰ ਕਿਸੇ ਬੰਦੇ ਜਾਂ ਕਿਸੇ ਪਰਿਵਾਰ ਵਾਸਤੇ ਨਹੀਂ ਕੀਤੀ ਜਾਂਦੀ, ਇਹ ਸਾਰੇ ਦੇ ਸ਼ਹਿਰ ਵਾਸੀ ਜਿਹੜੇ ਨੇ ਜਾਂ ਦੇਸ਼ ਵਾਸੀ ਨੇ ਉਹਨਾਂ ਦੀ ਸੁੱਖ ਸਮਰਿੱਧੀ ਵਾਸਤੇ ਅਤੇ ਉਹਨਾਂ ਦੀ ਸਹੂਲਤ ਵਾਸਤੇ ਸਾਰੀ ਇਹ ਕੀਤੀ ਜਾਂਦੀ।